ਨਹੀਂ ਤੂੰ ਕਿਸੇ ਦਾ ਫੋਨ ਚੱਕ ਕੇ ਲੈ ਗਿਆ ਤੇ ਅੱਗੇ ਚੋਰੀਆਂ ਕੀਤੀਆਂ, ਤੈਨੂੰ ਨਹੀਂ ਪਤਾ ਵੀ ਕਿਹਦੀ ਮਿਹਨਤ ਦੀ ਕਮਾਈ ਆ? ਪੰਜਾਬ ਦੇ ਵਿੱਚ ਨਸ਼ਿਆਂ ਦਾ ਕਹਿਰ ਲਗਾਤਾਰ ਜਾਰੀ ਹੈ, ਭਾਵੇਂ ਕਿ ਸਰਕਾਰਾਂ ਅਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਇਸ ਨੂੰ ਕਾਬੂ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਉੱਥੇ ਹੀ ਨੌਜਵਾਨ ਵੱਡੀ ਗਿਣਤੀ ਦੇ ਵਿੱਚ ਨਸ਼ਿਆਂ ਦੀ ਦਲਦਲ 'ਚ ਫਸਦੇ ਨਜ਼ਰ ਆ ਰਹੇ ਨੇ ਤੇ ਨਸ਼ਿਆਂ ਦੀ ਪੂਰਤੀ ਦੇ ਲਈ ਹੁਣ ਨੌਜਵਾਨਾਂ ਦੇ ਵੱਲੋਂ ਚੋਰੀਆਂ ਵੀ ਕੀਤੀਆਂ ਜਾ ਰਹੀਆਂ ਨੇ। ਤਾਜ਼ਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ, ਜਿੱਥੇ ਕਿ ਇੱਕ ਨਸ਼ੇੜੀ ਨੌਜਵਾਨ ਨੇ ਪਹਿਲਾਂ ਤਾਂ ਨਸ਼ੇ ਦੀ ਪੂਰਤੀ ਦੇ ਲਈ ਇੱਕ ਘਰ ਦੇ ਵਿੱਚੋਂ ਫੋਨ ਚੁੱਕਿਆ ਅਤੇ ਮੌਕੇ ਤੋਂ ਫਰਾਰ ਹੋ ਗਿਆ ਤੇ ਜਦੋਂ ਉਹ ਦੂਸਰੇ ਦਿਨ ਫਿਰ ਕਿਹਾ ਜਾ ਰਿਹਾ ਕਿ ਮੌਕੇ ਦੇ ਉੱਤੇ ਜਦੋਂ ਫੋਨ ਚੁੱਕਣ ਲੱਗਿਆ ਤਾਂ ਉਸਨੂੰ ਲੋਕਾਂ ਨੇ ਕਾਬੂ ਕਰ ਲਿਆ। ਹਾਲਾਂਕਿ ਜਦੋਂ ਉਸ ਨੌਜਵਾਨ ਨੂੰ ਕਾਬੂ ਕੀਤਾ ਤਾਂ ਉਸਦੇ ਨਾਲ ਕੁੱਟਮਾਰ ਕੀਤੀ ਗਈ ਹੈ, ਜਿਸ ਤੋਂ ਬਾਅਦ ਕਿਹਾ ਜਾ ਰਿਹਾ ਕਿ ਉਸਨੇ ਖੁਦ ਮੰਨਿਆ ਕਿ ਉਹ ਨਸ਼ਿਆਂ ਦਾ ਆਦੀ ਹੈ ਅਤੇ ਜੋ ਉਸਨੇ ਪਹਿਲੇ ਦਿਨ ਫੋਨ ਚੁੱਕਿਆ ਸੀ ਉਹ ਇੱਕ ਬਰਗਰ ਵਾਲੇ ਨੂੰ ਮਹਿਜ਼ 3000 ਰੁਪਏ ਦਾ ਵੇਚ ਦਿੱਤਾ ਹੈ ਤੇ ਹੁਣ ਜਦੋਂ ਉਹ ਫੜਿਆ ਗਿਆ ਤਾਂ ਉਸਨੇ ਕੀ ਕਿਹਾ ਤੁਸੀਂ ਆਪ ਹੀ ਸੁਣ ਲਓ। ਫੋਨ ਚੋਰੀ ਕੀਤਾ ਤੂੰ? ਕਿੱਥੇ ਰਹਿਣਾ, ਕਿੱਥੇ ਹੈ ਤੇ ਕਿਹਨੂੰ ਵੇਚ ਕੇ ਆਇਆ ਸੀਗਾ? ਬਰਗਰ ਵਾਲੇ ਨੂੰ ਦਿੱਤਾ ਸੀਗਾ। ਕਿੰਨੇ ਦਾ? 3000 ਭਾਈ। ਫੋਨ ਫੋਨ ਕਿਹਦਾ ਸੀਗਾ? ਫੋਨ ਮੇਰੇ ਮਦਰ ਦਾ ਸੀਗਾ। ਅੱਛਾ, ਤੇ ਕਿਸੇ ਨੇ ਜਦੋਂ ਫੋਨ ਚੱਕ ਕੇ ਕਿਸੇ ਨੇ ਦੇਖਿਆ ਨਹੀਂ? ਦੇਖਿਆ ਨਹੀਂ, ਉਹ ਕੈਮਰੇ ਦੇਖਿਆ, ਇੱਥੇ ਬੈਠੇ ਸੀ ਇੱਕ ਮੁੰਡਾ, ਇੱਥੇ ਬੈਠਾ ਵਾ ਬਾਹਰ। ਸੀਸੀਟੀਵੀ ਦੇ ਵਿੱਚ ਨਜ਼ਰ ਆ ਰਿਹਾ ਸੀਗਾ ਕਿ ਉਹ ਦੋ ਬੰਦੇ ਦੁਕਾਨ ਤੇ ਬਾਹਰ ਬੈਠੇ ਹੋਏ ਸੀ, ਪਰ ਉਹਦੇ ਬਾਵਜੂਦ ਵੀ ਬੜੀ ਆਰਾਮ ਦੇ ਨਾਲ ਫੋਨ ਚੱਕ ਕੇ ਲੈ ਗਿਆ ਇਹ। ਹਾਂ, ਇਹਨਾਂ ਦਾ ਕੰਮ ਹੀ ਇਹ ਆ, ਇਹਨਾਂ ਨੇ ਤਾਂ ਚੁੱਕ ਹੀ ਲੈਣਾ। ਤੇ ਪ੍ਰਸ਼ਾਸਨ ਨੂੰ ਫੋਨ ਕੀਤਾ? ਨਹੀਂ, ਪ੍ਰਸ਼ਾਸਨ ਨੂੰ ਨਹੀਂ ਫੋਨ ਕੀਤਾ, ਸਾਨੂੰ ਪਤਾ ਹੀ ਰਾਤ ਨੂੰ ਲੱਗਿਆ ਵੀ ਚੁੱਕ ਕੇ ਲੱਗਿਆ ਸੀ ਤਾਂ ਕਿਹਾ ਘਰੇ ਪਿਆ ਹੋਣਾ ਵਾ, ਅਸੀਂ ਲੱਭਦੇ ਰਹੇ ਅੰਦਰ ਹੀ। ਤੇ ਮਿਲ ਗਿਆ ਫੋਨ? ਹਾਂਜੀ। ਕਿਹੜੀ ਜਗ੍ਹਾ ਤੋਂ? ਸੰਗਮ ਚੌਕ ਤੋਂ। ਸੰਗਮ ਚੌਕ? ਨਹੀਂ, ਤੂੰ ਕਿਸੇ ਦਾ ਫੋਨ ਚੱਕ ਕੇ ਲੈ ਗਿਆ ਤੇ ਅੱਗੇ ਚੋਰੀਆਂ ਕੀਤੀਆਂ, ਤੈਨੂੰ ਨਹੀਂ ਪਤਾ ਵੀ ਕਿਹਦੀ ਮਿਹਨਤ ਦੀ ਕਮਾਈ ਆ? ਪੰਜਾਬ ਦੇ ਵਿੱਚ ਨਸ਼ਿਆਂ ਦਾ ਕਹਿਰ ਲਗਾਤਾਰ ਜਾਰੀ ਹੈ, ਭਾਵੇਂ ਕਿ ਸਰਕਾਰਾਂ ਅਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਇਸ ਨੂੰ ਕਾਬੂ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਉੱਥੇ ਹੀ ਨੌਜਵਾਨ ਵੱਡੀ ਗਿਣਤੀ ਦੇ ਵਿੱਚ ਨਸ਼ਿਆਂ ਦੀ ਦਲਦਲ 'ਚ ਫਸਦੇ ਨਜ਼ਰ ਆ ਰਹੇ ਨੇ ਤੇ ਨਸ਼ਿਆਂ ਦੀ ਪੂਰਤੀ ਦੇ ਲਈ ਹੁਣ ਨੌਜਵਾਨਾਂ ਦੇ ਵੱਲੋਂ ਚੋਰੀਆਂ ਵੀ ਕੀਤੀਆਂ ਜਾ ਰਹੀਆਂ ਨੇ। ਤਾਜ਼ਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ, ਜਿੱਥੇ ਕਿ ਇੱਕ ਨਸ਼ੇੜੀ ਨੌਜਵਾਨ ਨੇ ਪਹਿਲਾਂ ਤਾਂ ਨਸ਼ੇ ਦੀ ਪੂਰਤੀ ਦੇ ਲਈ ਇੱਕ ਘਰ ਦੇ ਵਿੱਚੋਂ ਫੋਨ ਚੁੱਕਿਆ ਅਤੇ ਮੌਕੇ ਤੋਂ ਫਰਾਰ ਹੋ ਗਿਆ ਤੇ ਜਦੋਂ ਉਹ ਦੂਸਰੇ ਦਿਨ ਫਿਰ ਕਿਹਾ ਜਾ ਰਿਹਾ ਕਿ ਮੌਕੇ ਦੇ ਉੱਤੇ ਜਦੋਂ ਫੋਨ ਚੁੱਕਣ ਲੱਗਿਆ ਤਾਂ ਉਸਨੂੰ ਲੋਕਾਂ ਨੇ ਕਾਬੂ ਕਰ ਲਿਆ। ਹਾਲਾਂਕਿ ਜਦੋਂ ਉਸ ਨੌਜਵਾਨ ਨੂੰ ਕਾਬੂ ਕੀਤਾ ਤਾਂ ਉਸਦੇ ਨਾਲ ਕੁੱਟਮਾਰ ਕੀਤੀ ਗਈ ਹੈ, ਜਿਸ ਤੋਂ ਬਾਅਦ ਕਿਹਾ ਜਾ ਰਿਹਾ ਕਿ ਉਸਨੇ ਖੁਦ ਮੰਨਿਆ ਕਿ ਉਹ ਨਸ਼ਿਆਂ ਦਾ ਆਦੀ ਹੈ ਅਤੇ ਜੋ ਉਸਨੇ ਪਹਿਲੇ ਦਿਨ ਫੋਨ ਚੁੱਕਿਆ ਸੀ ਉਹ ਇੱਕ ਬਰਗਰ ਵਾਲੇ ਨੂੰ ਮਹਿਜ਼ 3000 ਰੁਪਏ ਦਾ ਵੇਚ ਦਿੱਤਾ ਹੈ ਤੇ ਹੁਣ ਜਦੋਂ ਉਹ ਫੜਿਆ ਗਿਆ ਤਾਂ ਉਸਨੇ ਕੀ ਕਿਹਾ ਤੁਸੀਂ ਆਪ ਹੀ ਸੁਣ ਲਓ। ਫੋਨ ਚੋਰੀ ਕੀਤਾ ਤੂੰ? ਕਿੱਥੇ ਰਹਿਣਾ, ਕਿੱਥੇ ਹੈ ਤੇ ਕਿਹਨੂੰ ਵੇਚ ਕੇ ਆਇਆ ਸੀਗਾ? ਬਰਗਰ ਵਾਲੇ ਨੂੰ ਦਿੱਤਾ ਸੀਗਾ। ਕਿੰਨੇ ਦਾ?
ਨਹੀਂ ਤੂੰ ਕਿਸੇ ਦਾ ਫੋਨ ਚੱਕ ਕੇ ਲੈ ਗਿਆ ਤੇ ਅੱਗੇ ਚੋਰੀਆਂ ਕੀਤੀਆਂ, ਤੈਨੂੰ ਨੀ ਪਤਾ ਵੀ ਕਿਹਦੀ ਮਿਹਨਤ ਦੀ ਕਮਾਈ ਆ ਜੀ? ਮੈਨੂੰ ਨਸ਼ੇ ਦੀ ਤੋੜ ਲੱਗੀ ਸੀ, ਚਿੱਟੇ ਦੀ ਤੋੜ ਲੱਗੀ ਸੀ, ਮੈਨੂੰ ਹਾਂ ਹਾਂ ਮਿਲ ਗਿਆ ਚੱਕ ਲਿਆਂਦਾ ਸੀ 10 ਪੈਸੇ ਜਾਣਾ ਕਿੱਥੇ ਗਿਆ ਭਾਈ? ਫੋਨ ਫੋਨ ਕਿਹਦਾ ਸੀਗਾ? ਫੋਨ ਮੇਰੇ ਮਦਰ ਦਾ ਸੀਗਾ। ਅੱਛਾ, ਤੇ ਕਿਸੇ ਨੇ ਜਦੋਂ ਫੋਨ ਚੱਕੇ ਕਿਸੇ ਨੇ ਦੇਖਿਆ ਨਹੀਂ? ਦੇਖਿਆ ਨਹੀਂ, ਉਹ ਕੈਮਰੇ ਚ ਦੇਖਿਆ, ਇੱਥੇ ਬੈਠੇ ਸੀ ਇੱਕ ਮੁੰਡਾ, ਇੱਥੇ ਬੈਠਾ ਵਾ ਬਾਹਰ। ਸੀਸੀਟੀਵੀ ਦੇ ਵਿੱਚ ਨਜ਼ਰ ਆ ਰਿਹਾ ਸੀਗਾ ਕਿ ਉਹ ਦੋ ਬੰਦੇ ਦੁਕਾਨ ਤੇ ਬਾਹਰ ਬੈਠੇ ਹੋਏ ਸੀ, ਪਰ ਉਹਦੇ ਬਾਵਜੂਦ ਵੀ ਬੜੀ ਆਰਾਮ ਦੇ ਨਾਲ ਫੋਨ ਚੱਕ ਕੇ ਲੈ ਗਿਆ ਇਹ। ਹਾਂ, ਇਹਨਾਂ ਦਾ ਕੰਮ ਹੀ ਇਹ ਆ, ਇਹਨਾਂ ਨੇ ਤਾਂ ਚੁੱਕ ਹੀ ਲੈਣਾ। ਤੇ ਪ੍ਰਸ਼ਾਸਨ ਨੂੰ ਫੋਨ ਕੀਤਾ? ਨਹੀਂ, ਪ੍ਰਸ਼ਾਸਨ ਨੂੰ ਨਹੀਂ ਫੋਨ ਕੀਤਾ, ਸਾਨੂੰ ਪਤਾ ਹੀ ਰਾਤ ਨੂੰ ਲੱਗਿਆ ਵੀ ਚੁੱਕ ਕੇ ਲੈ ਗਿਆ ਸੀ, ਤਾਂ ਕਿਹਾ ਘਰੇ ਪਿਆ ਹੋਣਾ ਵਾ, ਅਸੀਂ ਲੱਭਦੇ ਰਹੇ ਅੰਦਰ ਹੀ। ਤੇ ਮਿਲ ਗਿਆ ਫੋਨ? ਹਾਂਜੀ, ਕਿਹੜੀ ਜਗ੍ਹਾ ਤੋਂ? ਸੰਗਮ ਚੌਕ ਤੋਂ। ਸੰਗਮ ਚੌਕ